ਜਿੰਕਵੇਂ ਦੇਖਦੇ ਹਾਂ ਪੁੱਤਾ ਵਾਂਗੂ ਫਵਾਲੀ ਫਸਲ ਅੱਜ ਢਹਿ ਢੇਰੀ ਹੋ ਗਈ ਕਿੰਨਾ ਕੁ ਨਿਰਾਸ਼ ਚਾ ਅੱਤੇ ਸਰਕਾਰ ਸਾਡੇ ਬਾਰੇ ਕੁਝ ਵੀ ਸੋਚ ਨਹੀਂ ਰਹੀ ਜਦ ਕਿ ਸਰਕਾਰ ਪਹਿਲਾਂ ਮਾਮਜੇ ਦੇਣ ਦੀਆਂ ਗੱਲਾਂ ਕਰ ਰਹੀ ਆ ਪਰ ਸਾਡੇ ਧਰਾਂ ਤਲ ਤੇ ਕੁਝ ਵੀ ਨਹੀਂ ਹੋ ਰਿਹਾ ਠੇਕੇ ਦੇ ਲੈ ਕੇ ਵੀਰੇ ਹੁਣ ਇਹ ਜੋ ਕੀ ਆ ਅਸੀਂ ਕੱਢਾਂਗੇ ਕੀ ਪਾਵਾਂਗੇ ਇਹ ਜਹਣਾ ਸਾਰੇ ਠੇਕੇ ਜੇ ਸਾਡਾ ਤਾਂ ਉਧਰੇ ਲੰਗੇ ਜਾਣਾ ਬਈ ਕਿੰਨਾ ਠੇਕਾ ਇਹ ਜ਼ਮੀਨ ਦਾ ਦਿੱਤਾ ਸਾਡਾ ਇਹ ਬਈ 12000 ਨੂੰ ਲਈ ਹੋਈ ਹੈ ਜੀ ਉਹ ਆਤਮਾਨ ਕਹਿੰਦੇ ਤੇਬੀ ਰੰਗਲਾ ਪੰਜਾਬ ਅੰਗਰੇਜ਼ ਉਰੇ ਆ ਕੇ ਇੱਕ ਕੰਮ ਕਰਿਆ ਕਰਨ ਕੋਈ ਲੱਗਦਾ ਮੈਨੂੰ ਲੱਗਦਾ ਭਈ ਆਪਣੇ ਸਾਰੇ ਪੰਜਾਬ ਆ ਅੰਗਰੇਜ਼ਾਂ ਕੋਲ ਵਗ ਜਾਣਗੇ ਭਈ ਦੀਦਾ 33% ਦਾ ਉਤਰ ਉਹਨੂੰ ਮਾਅਬਜਾ ਦੇਵਾਂਗੇ ਇਹ ਤਾਂ ਨੁਕਸਾਨ ਹੀ 70% ਦਾ ਹੋਇਆ ਰੰਗਲਾ ਪੰਜਾਬ ਕਿੱਥੇ ਬਣਿਆ ਭਈ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਰੰਗਲੇ ਪੰਜਾਬ ਬਣਦਾ ਆ ਦੇਖ ਲਓ ਭਈ ਸਾਰੀ ਗਰੀਬੀ ਆ ਕਣਕ ਉਪਰਾਂ ਤੋਂ ਸਾਡੇ 7-8 ਗੀਲੇ ਪਰਾਂ ਲਏ ਹੋਏ ਨੇ ਉਹ ਗਰੇ ਭਏ ਨੇ ਭਈ ਸਾਨੂੰ ਤਾਂ ਕੀ ਪੈਣਾ ਪੱਲੇ ਖਤਮ ਹੋ ਗਿਆ ਭਈ ਸਸੀਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਆਲਾ ਅਸੀਂ ਖੜਿਆ ਹਲਕਾ ਸੰਗਰੂਰ ਦੇ ਖੇਤਾਂ ਦੇ ਵਿੱਚ ਜਿੱਥੇ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਥੀ ਇਹ ਪੁਰਾਣੀ ਪਹਿਲੇ ਮਹੀਨੇ ਫਸਲਾਂ ਦੀ ਢਾਈ ਟੇਰੀ ਕੀਤੀ ਹੋਈ ਆ ਖੇਤਾਂ ਦੇ ਵਿੱਚ ਕਿਸਾਨ ਹੱਥ ਮਾਰ ਮਾਰ ਫਰੂਰ ਰਹੇ ਨੇ ਇੱਕ ਗਾਣਾ ਸੀ ਪਿਛਲੇ ਯੁੱਗ ਦਾ ਮਿੱਟੀ ਨਾਲ ਫਰੋਲ ਬਾਵਿਆ ਨਹੀਂ ਉਹ ਲੱਭਣੇ ਲਾਲ ਗਵਾਚੇ ਖੇਤ ਆਪਣੇ ਜੱਟ ਜ਼ਿਮੀਂਦਾਰ ਆਪਣੇ ਖੇਤਾਂ ਦੇ ਵਿੱਚੋਂ ਲੱਭਦੇ ਨਜ਼ਰ ਆ ਰਹੇ ਨੇ ਪੁੱਛ ਲੈਣਿਆ ਕਰ ਲੈਣੇ ਗੱਲ ਹਾਂ ਭਾਈ ਜੀ ਕੀ ਨਾਮ ਆ ਤੁਹਾਡਾ ਭਾਈ ਮੈਂ ਨਾਮ ਰਜਿੰਦਰ ਸਿੰਘ ਆ ਰਜਿੰਦਰ ਸਿੰਘ ਕਿਵੇਂ ਦੇਖ ਦਊ ਪੁੱਤਾ ਵਾਂਗੂ ਫਵਾਲੀ ਫਸਲ ਅੱਜ ਢਹਿ ਢੇਰੀ ਹੋ ਗਈ ਕਿੰਨਾ ਕੁ ਨਿਰਾਸ਼ ਆ ਭਾਈ ਜੀ ਪੂਰੀ ਨਿਰਾਸ਼ਾ ਹੀ ਆ ਗਈ ਦੇਖੋ ਤੁਸੀਂ ਆਪ ਦੇਖ ਸਕਦੇ ਹੋਗੇ ਪੂਰਾ ਫਸਲ ਦਾ ਅੱਧ ਤੋਂ ਵੱਧ ਨੁਕਸਾਨ ਹੋ ਚੁੱਕਿਆ ਸਾਡਾ ਅਤੇ ਸਰਕਾਰ ਸਾਡੇ ਬਾਰੇ ਕੁਝ ਵੀ ਸੋਚ ਨਹੀਂ ਲਈ ਜਦ ਕਿ ਸਰਕਾਰ ਪਹਿਲਾਂ ਮਾਮਜੇ ਦੇਣ ਦੀਆਂ ਗੱਲਾਂ ਕਰ ਰਹੀ ਆ ਪਰ ਸਾਡੇ ਤਰਾਂਤਲ ਤੇ ਕੁਝ ਵੀ ਨਹੀਂ ਹੋ ਰਿਹਾ ਬਾਈ ਜੀ ਜਦੋਂ ਸਰਕਾਰ ਨਹੀਂ ਬਣੀ ਸੀ ਭਗਵੰਤ ਮਾਨ ਕਹਿੰਦਾਂ ਸੀ ਵੀ ਸਾਡੀ ਸਰਕਾਰ ਆਊ ਜਦੋਂ ਅਸੀਂ ਮਾਵਜਾ ਗਦਾਬਰੀਆਂ ਨਹੀਂ ਕਰਾਇਆ ਕਰਦੇ ਪਹਿਲਾਂ 20000 ਖਾਤੇ 'ਚ ਪਾ ਦੇ ਕਰਾਂਗੇ ਕੰਮ ਕਿਤਲਾ ਲਿਆ ਕਰੂ ਖਿਸ਼ਾਨ ਬਾਅਦ 'ਚ ਗਦਾਬਰੀਆਂ ਹੋਈ ਜਾਇਆ ਕਰਨਗੀਆਂ ਕੀ ਲੱਗਦਾ ਆਸਾਂ ਦੇ ਬੂਰ ਪੂਗ ਬਿਲਕੁਲ ਨਹੀਂ ਵੀਰ ਜੀ ਕੋਈ ਆਸ ਨਹੀਂ ਸਾਡੇ ਲਈ ਕੋਈ ਉਧਕਾਰੀ ਪਹੁੰਚੀ ਨਹੀਂ ਅਜੇ ਤੱਕ ਕੋਈ ਨਾ ਹੀ ਕੋਈ ਪਹੁੰਚਣ ਦੀ ਸਾਨੂੰ ਕੋਈ ਆਸ ਆ ਗਈ ਕਿਉਂਕਿ ਕੈਨ ਦੇ ਕਥਨ ਦੇ ਵਿੱਚ ਫਰਕ ਲੱਗਦਾ ਫਿਰ ਬਿਲਕੁਲ ਜੀ ਬਿਲਕੁਲ ਹੀ ਆਗਾ ਸਰਕਾਰਾਂ ਸਾਡੇ ਪਰ ਕੁਝ ਸੋਚ ਹੀ ਨਹੀਂ ਰਹੀਆਂ ਆ ਦੇਖ ਲਓ ਥੋੜੇ ਸਾਹਮਣੇ ਹੈਗਾ ਕਿੰਨੇ ਦਿਨ ਹੋ ਗਏ ਸਰਕਾਰਾਂ ਨੂੰ ਟੀਵੀ ਤੇ ਬਿਆਨ ਦਿੰਦਿਆਂ ਨੂੰ ਪਰ ਸਾਡੇ ਲਵੇ ਗਰਾਊਂਡ ਉੱਤੇ ਕੋਈ ਕੁਝ ਹੀ ਨਹੀਂ ਪਹੁੰਚਿਆ ਅਜੇ ਤੱਕ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਦੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਅਸੀਂ ਕੁਝ ਦਿਨ ਪਹਿਲਾਂ ਖਬਰ ਨਾਸ਼ਰ ਕੀਤੀ ਸੀ ਪਿੰਡ ਬੁਗਰਾ ਦੀ ਜਿਹਦੇ ਵਿੱਚ 6 700 ਏਕੜ ਦੇ ਵਿੱਚ ਪਾਣੀ ਭਰਿਆ ਸੀ ਗੋਡੇ-ਗੋਡੇ ਪਾਣੀ ਉਰੇ ਹੋਰ ਵੀ ਵੀਰ ਖੜੇ ਨੇ ਬਾਈ ਜੀ ਕੀ ਲੱਗਦਾ سرکاراں سرکار بناਉਣ ਵੇਲੇ ਕੁਝ ਹੋਰ ਬਾਅਦ ਚ ਹੋਰ ਦੋ ਰੂਪ ਨੇ جی ਇਹ ਦੋ ਰੂਪ ਨੇ ਵੀਰੇ ਕੋਈ ਮਤਲਬ ਕੋਈ ਮੁਆਵਜ਼ਾ ਕੋਈ ਨਹੀਂ ਜਾਂਦਾ ਅਸੀਂ ਨੇ ਇਹ ਠੇਕੇ ਦੇ ਪੈੜੀ ਲਈ ਹੋਈ ਹੈ ਵੀਰੇ ਇਹ ਠੇਕੇ ਦੇ ਲੈ ਕੇ ਵੀਰੇ ਹੁਣ ਇਹ ਚ ਕੀ ਅਸੀਂ ਕੱਢਾਂਗੇ ਕੀ ਪਾਵਾਂਗੇ ਇਹ ਜਹ ਹੁਣ ਸਾਰਾ ਠੇਕੇ ਜੇ ਸਾਡਾ ਤਾਂ ਉਧਰੇ ਲੰਗੇ ਜਾਣਾ ਬਾਈ ਕਿੰਨਾ ਠੇਕਾ ਇਹ ਜ਼ਮੀਨ ਦਾ ਦਿੱਤਾ ਤੁਸੀਂ ਸਾਡਾ ਇਹ ਬਾਈ 12000 ਨੂੰ ਲਈ ਹੋਈ ਹੈ ਇਹ ਪਰ 12000 ਨੂੰ ਜੇ ਲਾਈਏ ਤਾਂ 1272 72000 ਰੁਪਇਆ ਕੋਈ ਥੋੜੀ ਰਕਮ ਨਹੀਂ ਹੁੰਦੀ ਤੇ ਵੱਡੀ ਰਕਮ ਇਹਦੇ ਉੱਤੇ 72000 ਰੁਪਏ ਖਰਚਾ ਵੀ ਆਉਂਦਾ ਹੋਊਗਾ ਨਾ ਬਰੇ ਬਹੁਤ ਖਰਚਾ ਆ ਗਿਆ ਹੁਣ ਇਹ ਚ ਕੁਝ ਨਿਕਲਣਾ ਨਹੀਂ ਬਾਈ ਇਹ ਤਾਂ ਸਾਰੀ ਗਿਰਗੀ ਹੁਣ ਇਹਨਾਂ ਚ ਕੀ ਨਿਕਲੂਗਾ ਕੀ ਨਿਕਲਣਾ ਝਾੜ ਵੀ ਖਤਮ ਹੋ ਗਏ ਬਈ ਅਚਨ ਸਾਰੇ ਦਾਣੇ गिर ਜਾਣਗੇ ਬਾਈ ਇਹ ਤਾਂ ਜਿਵੇਂ ਭਗਵਤ ਮਾਨ ਕਹਿੰਦੇ ਤੇ ਵੀ ਰੰਗਲਾ ਪੰਜਾਬ ਅੰਗਰੇਜ਼ ਉਰੇ ਆ ਕੇ ਇੱਕ ਕੰਮ ਕਰਿਆ ਕਰਨ ਕੋਈ ਲੱਗਦਾ ਮੈਨੂੰ ਲੱਗਦਾ ਬਈ ਆਪਣੇ ਸਾਰੇ ਪੰਜਾਬ ਇਹ ਅੰਗਰੇਜ਼ਾਂ ਕੋਲ ਵਗ ਜਾਣਗੇ ਬਾਈ ਇਹ ਖਤਮੇ ਹੋ ਗਿਆ ਬਈ ਪੰਜਾਬ ਦਾ ਪੰਜਾਬ ਦਾ ਹੁਣ ਖਤਮ ਹੋਣ ਦੀ ਇਕ ਗੱਲ ਤੇ ਆ ਬਈ ਸਾਡੇ ਨਾਲ ਇੱਕ ਹੋਰ ਬਜ਼ੁਰਗ ਨੇ ਬਾਪੂ ਜੀ ਤੁਸੀਂ ਲੰਬੇ ਸਮੇਂ ਤੋਂ ਕੰਮ ਕਰਦੇ ਆਇਓ ਖੇਤੀ ਕਰਦੇ ਹੋਵੋਗੇ ਕਿੰਨਾ ਲੱਗਦਾ ਵੀ ਕਿਹੇ ਸੀ ਵਰ ਕਿੰਨਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਹੋ ਗਿਆ ਜੀ ਬੇਅਦਰ ਹੀ ਨਹੀਂ ਹਟਦਾ ਫੱਲੇ ਪੈਣਾ ਜੀ ਕਿਉਂਕਿ ਭਗਵੰਤ ਮਾਨ ਕਹਿੰਦੇ ਨੇ ਵੀ 33% ਤੋਂ ਉੱਪਰ ਜੀ ਦੀ ਨੁਕਸਾਨ ਹੋਊਗਾ ਉਹਨੂੰ ਮਾਅਵਜਾ ਮਿਲੂਗਾ ਕਿ ਲੱਗਦਾ ਤੁਹਾਡੇ ਕੋਲ ਕੋਈ ਅਧਿਕਾਰੀ ਪਹੁੰਚਿਆ 50% ਤੋਂ ਉੱਤੇ ਨੁਕਸਾਨ ਸਾਡੇ ਕੋਲ ਕੁਝ ਨਹੀਂ ਪਹੁੰਚਿਆ ਜੀ ਅਕ ਮੈਂ ਅੱਜ ਬਾਈ ਨਾਲ ਕਰ ਲੈਣ ਗਏ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਜਿਹੜਾ 33% ਦੇ ਉੱਤਰ ਆ ਉਹਨੂੰ ਮਾਅਬਜ਼ਾ ਦੇਵਾਂਗੇ ਇਹ ਤਾਂ ਨੁਕਸਾਨ ਹੀ 70% ਆ ਕੋਈ ਅਧਿਕਾਰੀ ਕੋਈ ਨਹੀਂ ਆਇਆ ਬਈ ਅਧਿਕਾਰੀ ਕੋਈ ਵੀ ਮਤਲਬ ਕੋਈ ਆ ਕੇ ਨੇ ਉਰੇ ਦੇਖਿਆ ਵੀ ਨਹੀਂ ਗਾ ਵੀ ਬੰਦੇ ਨੇ ਵੀ ਕਿ ਕਣਕ ਹੋਈ ਆ ਖਰਾਬ ਹੋਈ ਆ ਕੋਈ ਨਹੀਂ ਆ ਕੇ ਮਤਲਬ ਦੇਖਦਾ ਕੋਈ ਸਰਕਾਰ ਦਾ ਕੋਈ ਮਾਜਮਾ ਕੋਈ ਨਹੀਂ ਆ ਕੇ ਦੇਖਦਾ ਫਿਰ ਭਗਵੰਤ ਮਾਨ ਜਿਹੜੀਆਂ ਗੱਲਾਂ ਕਰਦੇ ਸੀ ਰੰਗਲੇ ਪੰਜਾਬ ਦੀਆਂ ਰੰਗਲਾ ਪੰਜਾਬ ਕਿੱਥੇ ਦੇ ਲੱਗਦਾ ਤੁਹਾਨੂੰ ਕਿੱਥੇ ਬਣ ਗਿਆ ਰੰਗਲਾ ਪੰਜਾਬ ਕਿੱਥੇ ਬਣਿਆ ਬਈ ਮੈਨੂੰ ਤਾਂ ਇੱਕ ਪਤਾ ਨਹੀਂ ਲੱਗਦਾ ਵੀ ਕਿਹੜੇ ਰੰਗਲੇ ਪੰਜਾਬ ਬਣਦਾ ਆ ਦੇਖ ਲਓ ਬਈ ਸਾਰੀ ਗਰੀਬੀ ਆ ਕਣਕ ਉਪਰਾਂ ਤੋਂ ਸਾਡੇ 7-8 ਗੀਲੇ ਪਰਾਂ ਲਏ ਹੋਏ ਨੇ ਉਹ ਗਰੇ ਭਏ ਨੇ ਬਈ ਸਾਨੂੰ ਤਾਂ ਕੀ ਪੈਣਾ ਪੱਲੇ ਖਤਮੇ ਹੋ ਗਿਆ ਬਈ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਜਿਹੜੀ ਤੁਹਾਡੀ ਬਾਹ ਫੜੀ ਜਾਵੇ ਕੋਈ ਸਰਕਾਰ ਤੋਂ ਮੰਗ ਵੀਰੇ ਮੁਆਵਜ਼ਾ ਦਾ ਚਾਹੀਦੇ ਹੋ ਹੁਣ ਇਹ ਜੋ ਕੀ ਗੱਡਾਂਗੇ ਅਸੀਂ ਮੁਆਵਜ਼ੇ ਦੀ ਮੰਗ ਕਰਦੇ ਹਾਂ ਬਈ ਕੀ ਲੱਗਦਾ ਕਿੰਨਾ ਕੁ ਨੁਕਸਾਨ ਆ ਤੁਹਾਡੇ ਹਿਸਾਬ ਨਾਲ ਕਿੰਨਾ ਨੁਕਸਾਨ ਆ ਬਿਰੇ 7 8 ਕੇ ਲਿਆਂਦਾ ਦੇਖੋ ਵੀ ਹੁਣ ਦੇਖ 70% ਦਾ ਵੀ ਮਤਲਬ ਹੋ ਗਿਆ ਵੀ ਸਾਡਾ ਨੁਕਸਾਨ ਜੇ ਅੱਜ ਮੀਂਹ ਪੈ ਗਿਆ ਫਿਰ ਤਾਂ ਮੈਨੂੰ ਲੱਗਦਾ 95 95 ਲਵੇ ਵਗ ਜੂ ਬਾਈ ਕਿਉਂਕਿ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਕਰੋਪੀ ਮਹਾਰਾਜ ਦੀ ਪਰਮਾਤਮਾ ਦੀ ਰੱਬ ਦੀ ਬਹੁਤ ਭਾਰੀ ਆ ਇਸ ਵਾਰ ਕਿਸਾਨਾਂ ਦੇ ਉੱਤੇ ਕਿਉਂਕਿ ਫਸਲ ਪੁੱਤਾ ਵਾਂਗੂ ਪਾਲੀ ਫਸਲ ਜਦੋਂ ਆ ਟਾਈਮ ਆਉਂਦਾ ਉਦੋਂ ਕਿਸਾਨ ਲਹਿਲਰ ਆਉਂਦੇ ਨੇ ਕਿਉਂਕਿ ਫਸਲ ਵੱਡਾਂਗੇ ਕਿਸੇ ਆਰਤੀ ਦੇ ਪੈਸੇ ਮੋੜਨੇ ਨੇ ਕਿਸੇ ਧੀ ਪੁੱਦੀ ਫੀਸ ਭਰਨੀ ਆ ਕਿਸੇ ਕੁੜੀ ਦਾ ਵਿਆਹ ਕਰਨਾ ਕਿਸੇ ਕੁੜੀ ਨੂੰ ਕੋਈ ਦਾਜ ਦੇਣਾ ਮਾੜਾ ਮੋਟਾ ਆਪਣਾ ਕਾਰੋਬਾਰ ਪਹਿਲਾਂ ਸੋਚ ਕੇ ਰੱਖਦੇ ਨੇ ਪਰ ਕੀ ਲੱਗਦਾ ਬਈ ਇਸ ਵਾਰ ਵੀ ਖਰਚਾ ਵੀ ਥੋੜਾ ਮੋੜ ਜਾਊਗਾ ਨਹੀਂ ਨਹੀਂ ਬਈ ਅਜਾਇਤ ਕੀ ਖਰਚਾ ਨਹੀਂ ਮੋੜਨਾ ਮੈਨੂੰ ਲੱਗਦਾ ਨਹੀਂ ਕਿ ਬਈ ਠੀਕੇ ਜੋ ਕੁਝ ਮਿਲ ਜੂ ਸਾਨੂੰ ਅਜਾਇਤ ਕੀ ਤਾਂ ਖਤਮ ਹੀ ਹੋ ਗਿਆ ਬਈ ਜਮੀ ਖੁਦ ਕੁਸ਼ੀਆਂ ਦੇ ਰਾਹ ਪਏ ਕਿਸਾਨ ਨੂੰ ਕਹਿੰਦੇ ਹੁੰਦੇ ਸੀ ਵੀ ਕਿਸਾਨ ਖੁਦ ਖੁਸ਼ੀ ਨਾ ਕਰੇ ਅਸੀਂ ਤੁਹਾਡੀ ਬਾਹ ਫੜਾਂਗੇ ਦਿੱਲੀ ਦੀ ਤਰਜ਼ ਤੇ 20000 ਰੁਪਇਆ ਪਹਿਲਾਂ ਤੁਹਾਡੇ ਖਾਤੇ ਦੇ ਵਿੱਚ ਪਾਜਿਆ ਕਰੂਗਾ ਬਾਅਦ ਦੇ ਵਿੱਚ ਕਰਿਆ ਕਰਾਂ ਕਰਦਾ ਹੋਰੀ ਅੱਤ ਸਾਡੀ ਸਰਕਾਰ ਆ ਉਹ ਗੁਰਦੌਰੀਆਂ ਨਹੀਂ ਕਰਿਆ ਕਰਦੇ ਅਸੀਂ ਤਾਂ ਪਹਿਲਾਂ ਖਾਤੇ ਦੇ ਵਿੱਚ ਪਾ ਦਾਂਗੇ ਤੁਹਾਡੇ ਖਾਤਾ ਦੇਖਿਆ ਵੀ ਤੁਸੀਂ ਕਿਤੇ ਆ ਗਿਆ ਹੋ 20000 ਮੈਂ ਗਣਾ ਬਈ ਸਾਨੇ ਖਾਤਾ ਬਾਰ ਬਾਰ ਚੈੱਕ ਕਰ ਲਿਆ ਸਾਨੂੰ ਤਾਂ 1 ਰੁਪਿਆ ਵੀ ਨਹੀਂ ਆਇਆ ਬਈ ਕਿਸੇ ਚੀਜ਼ ਦਾ ਕਿਉਂਕਿ ਭਵੰਤ ਸਿੰਘ ਮਾਨ ਕਹਿੰਦੇ ਦੇਖੀ ਗਦਾਬਰੀ ਬਾਅਦ ਚ ਅਫਸਰ ਨਾ ਆਏ ਹੁਣ ਕਿਤੇ ਖਾਤੇ ਦੇ ਵਿੱਚ ਪੈ ਬਈ ਕਿਸੇ ਇੱਕ ਐਸੇ ਖਾਤੇ 'ਚ ਨਹੀਂ ਆਇਆਗਾ ਡੈਡੀ ਦੇ ਖਾਤੇ 'ਚ ਉਹਦੇ 'ਚ ਵੀ ਨਹੀਂ ਕੋਈ ਆਇਆ ਵੀਰੇ ਖਾਤੇ 'ਚ ਕੁਝ ਵੀ ਨਹੀਂ ਆਇਆ ਆਸਾਂ ਆਸਾਂ ਵੱਡੀਆਂ ਨੇ ਰੋਜ਼ ਖਾਤਾ ਚੈੱਕ ਕਰਦੇ ਨੇ ਜਿਵੇਂ ਮੋਦੀ ਕਹਿੰਦੇ ਵੀ 15 15 ਲੱਖ ਕੁਛ ਵੀ ਨਹੀਂ ਵੀਰੇ ਉਦੋਂ ਬਾਅਦ ਭਗਵੰਤ ਸਿੰਘ ਮਾਨ ਕਹਿੰਦਾ 22000 ਲੱਗਦਾ ਕੁਛ ਵੀ ਨਹੀਂ ਵੀਰੇ ਭਗਵੰਤ ਮਾਨ ਵੀ ਮਤਲਬ ਦਿੱਲੀ ਦੇ ਉਹ ਹੀ ਆ ਕੱਟ ਪੁੱਤਲੀ ਹੋਗਾ ਤੇ ਕੁਛ ਵੀ ਨਹੀਂ ਆਇਆਗਾ ਬਸ ਜਿਹਾ ਜਿਹਾ ਮਤਲਬ ਪਹਿਲਾਂ ਚੰਨੀ ਬੋਲ ਦਾਂਦਾ ਦੀਗਾ ਵੀ ਹਾਂ ਬੋਲ ਕੇ ਛੱਡ ਦਾਂਦਾ ਦੀਗਾ ਹੁਣ ਮਤਲਬ ਕੋਈ ਉਹ ਵੀ ਨਹੀਂ ਹੈਗਾ ਭਗਵੰਤ ਮਾਨ ਵੀ ਉਹੀ ਚੀਜ਼ ਆ ਵੀ ਬੋਲ ਕੇ ਐਲਾਨ ਕਰਕੇ ਛੱਡ ਦਾਂਦਾ ਬਾਈ ਕਿਉਂਕਿ ਚੰਨੀ ਦੇ ਉੱਤੇ ਤੰਦ ਕਿਸੇ ਜਾਂਦੇ ਬੀਓ ਬੱਕਰੀ ਵੀ ਚੋਲਦਾ ਉਹ ਆ ਵੀ ਕਰਨਦਾ ਸਾਰਾ ਕੰਮ ਉਹ ਹੰਤ ਸਿੰਘ ਮਾਨ ਵੀ ਕਹਿੰਦੇ ਨੇ ਮੈਂ ਮੱਛਰਦਾਨੀ ਵਿੱਚ ਬੋਰ ਤੇ ਕੀ ਲੱਗਦਾ ਤੁਹਾਨੂੰ ਬਈ ਕੋਈ ਮਾਅਬਜੇ ਵਾਲੀ ਤਾਂ ਕੋਈ ਹੋਈ ਨਹੀਂ ਹੈ ਕਿ ਬਈ ਬੰਦਾ ਆ ਕੇ ਦੇਖੇ ਇਹਨੂੰ ਖਰਾਬ ਹੋਈ ਪਿਆ ਸਾਰੀ ਕਣਕ ਬਈ ਕੋਈ ਮਾਅਬਜਾ ਤਾਂ ਦੇਣਾ ਚਾਹੀਦਾ ਬੰਦੇ ਨੂੰ ਬਈ ਤੇ ਬਈ ਕਿਵੇਂ ਲੱਗਦਾ ਵੀ ਸਰਕਾਰ ਕਿਤੇ ਨਾ ਕਿਤੇ ਕੋਈ ਅਫਸਰ ਆਉਂਦਾ ਗਰਦਾ ਵੀ ਕਰਦਾ ਤਾਂ ਉਹ ਕਈਆਂ ਸ਼ਰਤਾਂ ਹੁਣੇ ਜਾਂਦੇ ਨੇ ਕਿਵੇਂ ਦੇ ਤੁਹਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਸੌਖੀ ਵਿਧੀ ਕਿਵੇਂ ਹੋ ਸਕਦੀ ਹੈ ਮੇਰੇ ਸੌਖੀ ਵਿਧੀ ਦਾ ਹੁਣ ਤੁਹਾਨੂੰ ਇਹ ਪਤਾ ਹੋਊਗਾ ਬਾਕੀ ਹੈ ਨਾ ਖੇਤਾਂ ਜਿਹਾ ਹੁਣ ਬੜਾ ਦੇਖਣ ਬਈ ਬੰਦੇ ਨੇ ਵੀ ਕਿੰਨਾ ਨੁਕਸਾਨ ਹੋਇਆ ਕਿੰਨਾ ਨਹੀਂ ਹੋਇਆ ਹੈ ਨਾ ਅਗਲਾ ਵੀ ਆ ਸਾਡਾ ਠੇਕੇ ਦਾ ਵੀ ਉਹੀ ਮੁੜ ਜੇ ਮੁਆਵਜ਼ੇ ਹੀ ਮੁੜ ਜੇ ਬਸ ਅਸੀਂ ਅਪੀਲ ਕਰਦੇ ਹਾਂ ਵੀ ਕਿਸਾਨ ਖੁਦਕੁਸ਼ੀ ਦੇ ਰਾਹ ਨਾ ਪਵੇ ਕਿਸਾਨ ਹਰਿਆ ਭਰਿਆ ਰੰਗਲਾ ਰਹੇ ਕਿਉਂਕਿ ਕਿਸਾਨ ਹਰਿਆ ਭਰਿਆ ਰੰਗਲਾ ਤਾਂ ਉਹ ਆਲੇ-ਦਾਲੇ ਦਾ ਵਾਤਾਵਰਨ ਵੀ ਰੰਗਲਾ ਕਰ ਦਿੰਦਾ ਕਿਉਂਕਿ ਜਦੋਂ ਫਸਲ ਆਉਂਦੀ ਆ ਬਾਜ਼ਾਰ ਚੱਲਦੇ ਨੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਆਉਂਦੀਆਂ ਨੇ ਪਰ ਜੇ ਕਿਸਾਨ ਦੀ ਜੇਬ ਦੇ ਵਿੱਚ ਦੋ ਪੈਸੇ ਨਹੀਂ ਹੋਣਗੇ ਤਾਂ ਕਿਵੇਂ ਰੌਣਕ ਆਊਗੀ ਬਾਜ਼ਾਰ ਦੇ ਵਿੱਚ ਅਸੀਂ ਫੇਰ ਵਾਰ ਦੁਬਾਰਾ ਦਿਖਾ ਰਹੇ ਹਾਂ ਇਹ 8-9 ਇਕੜ ਦਾ ਖੇਤ ਆ ਇਕੱਠਾ ਟੱਕ ਟੱਕ ਜਿਹਦੇ ਵਿੱਚ ਨਾਸ ਵਜਿਆ ਪਿਆ ਜ਼ਿਆਦਾਤਰ ਇਹਦੇ ਉੱਤੇ ਕੱਖ ਇਹਨੂੰ ਗੁੱਲੀ ਡੰਡਾ ਕਹਿੰਦੇ ਨੇ ਗੁੱਲੀ ਡੰਡਾ ਕਿਸਾਨਾਂ ਨੇ ਇਹਦਾ ਨਾਂ ਗੁੱਲੀ ਡੰਡਾ ਰੱਖਿਆ ਹੋਇਆ ਪਹਿਲਾਂ ਕਿਤੇ ਨਾ ਕਿਤੇ ਦਬਿਆ ਹੋਇਆ ਸੀ ਜਦੋਂ ਕਣਕ ਡਿੱਗ ਜਾਂਦੀ ਆ ਹੁਣ ਇਹ ਉੱਪਰ ਨਿਕਲ ਆਇਆ ਹੁਣ ਕਣਕ ਘਟ ਗੁੱਲੀ ਡੰਡਾ ਵੱਧ ਨਜ਼ਰ ਆਉਂਦਾ ਪਰ ਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਕੈਮਰਾਮੈਨ ਹਸਨ ਦੇ ਨਾਲ ਇਕਬਾਲ ਸਿੰਘ ਫਕੂਲਾ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ T5 ਚੈਨਲ ਹਿੰਦੀ ਵੀ ਹੋਗਾ ਸਾਥ T5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ